Oh यार ਉਦ ਮੁਰਗੀ ਨੂੰ ਪਿੱਛੇ ਕੀ ਕਰਦੇ ਪਏ ਆ ਦੇਖੋ, ਇਹਨਾਂ ਨੇ ਤੇ ਤੂਫਾਨ ਮਚਾ ਦਿੱਤਾ। ਆਖੋ ਡੱਬਾ ਸੁੱਟਿਆ, ਸਾਰੇ ਕਬੂਤਰ ਉੱਡ ਗਏ। ਚੱਕਰ ਕੀ ਹੋ ਗਿਆ ਇਹਨਾਂ ਨੂੰ? ਹਾਂਜੀ ਬਾਈ ਜੀ, ਕੀ ਹਾਲ ਚਾਲ ਜੇ? ਸਾਰਿਆਂ ਦਾ ਠੀਕ ਠਾਕ ਹੋ? ਸੋ ਆਸ ਕਰਦੇ ਸਾਰੇ ਵਧੀਆ ਹੋ ਗਏ, ਬਿਲਕੁਲ ਫਿੱਟ ਫਾਟ ਹੋ ਗਏ। ਸੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਨਾਲ। ਅਤੇ ਚਲੋ ਜੀ ਖੋਲਦੇ ਹਾਂ ਆਪਾਂ ਪਹਿਲਾਂ ਸਾਰਿਆਂ ਨੂੰ, ਮੈਂ ਕਿ ਖੋਲੇ ਤਾਂ ਵੈਸੇ ਹੈਗੇ ਹੀ ਆਪਾਂ, ਆਹ ਮੁਰਗੇ ਬੱਤਖਾਂ ਖੋਲੇ ਆ ਅਤੇ ਜਲਦੀ ਜਲਦੀ ਖੋਲੇ ਯਾਰ ਆਪਾਂ ਕਬੂਤਰ, ਕਿਉਂਕਿ ਆਪਾਂ ਕਾਫੀ ਲੇਟ ਵਾਂ ਅੱਜ, ਅਤੇ ਇਸ ਚੱਕਰ 'ਚ ਆਪਾਂ ਕਬੂਤਰ ਵੀ ਖੋਲਣਾ ਅੱਜ ਲੇਟ ਹੋ ਗਏ ਹਾਂ। ਅਤੇ ਤੁਸੀਂ ਦੇਖ ਸਕਦੇ ਕਬੂਤਰ ਆਪਾਂ ਖੋਲਦੇ, ਅਤੇ ਇਹਨਾਂ ਦਾ ਪਾਣੀ ਪੂਣੀ ਦਾ ਆਪਾਂ ਪਹਿਲਾਂ ਹੀ ਇੰਤਜ਼ਾਮ ਕਰ ਦਿੱਤਾ ਹੈ। ਮੈਨੂੰ ਪਤਾ ਕਿ ਕਾਫੀ ਭੁੱਖ ਵੀ ਲੱਗੀ ਇਹਨਾਂ ਨੂੰ ਹੋਣੀ ਆ। ਅਤੇ ਲਓ ਜੀ ਖੁੱਲ ਗਏ ਸਾਰੇ ਕਬੂਤਰ ਸਾਡੇ, ਕਰੋ ਜੀ ਸ਼ੌਕ ਇਹਨਾਂ ਦਾ। ਲਓ ਜੀ ਸਾਰੇ ਕਬੂਤਰ ਸਾਡੇ ਬਿਲਕੁਲ ਸੈੱਟ ਵਾ, ਅਤੇ ਕਬੂਤਰ ਵੀ ਬਿਲਕੁਲ ਓਕੇ ਅਤੇ ਗੁੱਡ ਵਾ, ਅਤੇ ਕਰੋ ਸ਼ੌਕ ਇਹਨਾਂ ਦੇ। ਹਾਲੇ ਯਾਰ ਤੁਹਾਡੇ ਹੱਥ ਹੈਗਾ ਜੀ ਨਵਾਂ ਸਰਪ੍ਰਾਈਜ਼, ਸੋ ਬਣੇ ਰਹੋ ਵੀਡੀਓ 'ਤੇ, ਅਤੇ ਤੁਹਾਨੂੰ ਸਰਪ੍ਰਾਈਜ਼ ਵਿਖਾ ਲਏ ਯਾਰ, ਰੂਹ ਖੁਸ਼ ਹੋ ਜਾਊਗੀ ਤੁਹਾਡੀ। ਅਤੇ ਨਾਲੇ ਉਹਦੇ ਨਾਲ ਹੀ ਤੁਹਾਨੂੰ ਫਿਰ ਇੱਕ ਹੋਰ ਚੀਜ਼ਾਂ ਦੇ, ਜਿਹੜੀ ਬੈਡ ਨਿਊਜ਼ ਆ, ਜਿਹੜੀ ਸਾਡੀ ਇੱਕ ਗਿੰਨੀ ਪਿੱਗ ਯਾਰ ਜਿਹਨੇ ਬੱਚੇ ਹੁਣ ਦਿੱਤੇ ਸੀ ਯਾਰ, ਸਾਡੀ ਗਿੰਨੀ ਪਿੱਗ ਹੁਣ ਮੈਂ ਦੇਖੀ ਹੈ ਅਤੇ ਉਹ ਮਰੀ ਸੀ ਦੁਪਹਿਰੇ ਤੱਕ, ਮੈਂ ਜਦੋਂ ਆਇਆ ਸੀ ਸਹੀ ਸੀ, ਅਤੇ ਹੁਣ ਮੈਂ ਦੇਖਿਆ ਵਾ ਕੇ ਅਤੇ ਸ਼ਾਇਦ ਹੁਣ ਹੀ ਲੱਗ ਸਕੇ ਕਿਤੇ ਮਰੀ ਆ, ਅਤੇ ਯਾਰ ਪਤਾ ਨਹੀਂ ਕੀ ਚੱਕਰ ਨੂੰ ਹੋ ਗਿਆ ਵਾ। ਅਤੇ ਤੁਹਾਨੂੰ ਉਹ ਵੀ ਦਿਖਾਲਦੇ ਹਾਂ, ਅਤੇ ਨਾਲੇ ਜਿਹੜਾ ਨਿਊਜ਼ ਆਪਣੀ ਗੁੱਡ ਨਿਊਜ਼ ਆ ਉਹ ਤੁਹਾਨੂੰ ਬਾਅਦ 'ਚ ਦੇਵਾਂਗੇ। ਸੋ ਪਹਿਲਾਂ ਚੱਲੀਏ ਯਾਰ, ਇੱਧਰ ਮੁਰਗੀ ਵੜ ਗਈਆਂ ਨੇ। ਚਲੋ ਵੀ ਚਲੋ 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 ਵਾ, ਚਲੋ 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 ਯਾਰ, ਆਂਡੇ ਖਾ ਜਾਣੇ ਇਹਨਾਂ ਨੇ। ਉਹ ਦੇਖੋ ਆਂਡੇ ਫੇਰ ਕਿਸੇ ਨੇ ਥੱਲੇ ਦਿੱਤੇ ਹੋਏ ਆ। ਸੋ ਚਲੋ ਕੋਈ ਨਾ, ਫਿਰ ਇਹਨੂੰ ਬੰਦ ਕਰ ਦਿੰਦੇ ਆਪਾਂ। ਯਾਰ ਜਿਹੜੇ ਖੁੱਡਿਆਂ ਤੋਂ ਬਿਨਾਂ ਹੀ ਆਂਡੇ ਦਿੰਦੇ ਯਾਰ, ਇਹ ਕੰਮ ਬਹੁਤ ਗਲਤ ਵਾ। ਅਤੇ ਮੈਂ ਖੁੱਡੇ ਇਸੇ ਕਰਕੇ ਬਣਾਏ ਵੀ ਆਂਡੇ ਵਿੱਚ ਦੋ, ਲੇਕਿਨ ਨਹੀਂ ਕਬੂਤਰੀਆਂ ਤਾਂ ਦੇਣੇ ਆਂਡੇ ਥੱਲੇ ਆ, ਪਤਾ ਨਹੀਂ ਕੀ ਚੱਕਰ। ਉਹ ਬਾਈ ਜੀ ਆਪਾਂ ਖਰਗੋਸ਼ ਖੋਲ੍ਹ ਦਿੱਤੇ ਆਪਣੇ, ਅਤੇ ਇੱਥੇ ਇਹਨਾਂ ਨੂੰ ਖੀਰੇ ਪਾ ਦਿੱਤੇ ਆ। ਸੋ ਉਹ ਖਾ ਲੈਣਗੇ ਖੀਰੇ, ਮੈਨੂੰ ਪਤਾ ਇਹਨਾਂ ਨੇ ਖਾ ਲੈਣੇ ਆ। ਅਤੇ ਥੋੜ੍ਹੀ ਮਜਾਜ ਕਰਦੀ ਕਿਉਂਕਿ ਖੋਲ੍ਹੇ ਆ ਨਾ, ਹੁਣ ਇਹਨਾਂ ਨੂੰ ਪਤਾ ਵੀ ਆਪਾਂ ਹੋਰ ਕੁਝ ਵੀ ਖਾ ਸਕਦੇ ਹਾਂ। ਸੋ ਚਲੋ ਕੋਈ ਨਹੀਂ, ਬਾਅਦ ਵਿੱਚ ਆ ਕੇ ਤੁਹਾਨੂੰ ਦਿਖਾਲਦੇ ਹਾਂ। ਸੋ ਚੱਲਦੇ ਹਾਂ ਜੀ ਆਪਣੇ ਹੁਣ ਗਿੰਨੀ ਪਿੱਗ ਵਾਲੀ ਸਾਈਡ 'ਤੇ। ਲਓ ਬਾਈ ਜੀ ਆ ਕੇ ਗਿੰਨੀ ਪਿੱਗ ਵਾਲੀ ਸਾਈਡ 'ਤੇ, ਅਤੇ ਇੱਥੇ ਤੁਸੀਂ ਦੇਖ ਸਕਦੇ ਸਾਡੇ ਗਿੰਨੀ ਪਿੱਗ ਅਤੇ ਸਾਡੇ ਜੋ ਬਜਿਸ ਪਿੰਚਿਸ। ਅਤੇ ਹਾਂ ਦੇਖੋ ਯਾਰ ਸਾਡੀ ਫੀਮੇਲ ਜਿਹੜੀ ਸੀ ਯਾਰ, ਇਹ ਮਰ ਗਈ ਆ, ਅਤੇ ਇਹਦੇ 'ਤੇ ਯਾਰ ਕੀੜੀਆਂ ਵੀ ਆ ਰਹੀਆਂ ਯਾਰ, ਮੈਂ ਦੇਖ ਲਿਆ ਇਹਨਾਂ ਨੂੰ, ਅਤੇ ਪਤਾ ਨਹੀਂ ਯਾਰ ਕੀ ਹੋ ਗਿਆ। ਅਤੇ ਆਹ ਦੇਖੋ ਲੈਣਾ ਹਲੇ ਬਿਲਕੁਲ ਠੀਕ ਹੈ, ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਆ। ਅਤੇ ਯਾਰ ਬੱਤੇ ਹਲੇ ਵੀ ਨਾ ਦੁੱਧ ਪੀ ਰਹੀ ਆ ਕੇ, ਆਹ ਦੇਖੋ ਹਲੇ ਵੀ ਮਾਂ ਦੇ ਲਾਗੇ ਆਉਂਦੇ ਆ। ਅੱਛਾ ਇਹ ਬੱਚੇ ਉਹ ਆ ਜਿਹੜੇ ਪਹਿਲੇ ਆ, ਮਤਲਬ ਕਿ ਇਹਦੇ ਬੱਚੇ ਨਹੀਂ ਹੈਗੇ ਜਿਹੜੇ ਦੁੱਧ ਪੀ ਰਹੇ ਸੀ, ਉਹ ਬੱਚੇ ਹੈਗੇ ਇਹਦੇ ਛੋਟੇ ਜਿਹੜੇ ਅੰਦਰੇ ਹੀ ਆ, ਅਤੇ ਉਹਦੇ ਵਿੱਚ ਦਾਣਾ ਪਾਣੀ ਖਾ ਲੈਂਦੇ ਆ ਸਾਰੇ। ਅਤੇ ਜਿਹੜੇ ਵੱਡੇ ਬੱਚੇ ਆ ਨਾ, ਇਹ ਵੀ ਆ ਕੇ ਇਹਦਾ ਦੁੱਧ ਪੀ ਲੈਂਦੇ ਸੀ। ਅਤੇ ਯਾਰ ਪਤਾ ਨਹੀਂ ਯਾਰ, ਪਹਿਲਾਂ ਵੀ ਇੱਦਾਂ ਹੀ ਹੋਇਆ, ਅਤੇ ਜਿਹੜੀ ਪਹਿਲੀ ਫੀਮੇਲ ਸੀ ਉਹਨੇ ਵੀ ਬੱਚੇ ਦਿੱਤੇ ਸੀ, ਅਤੇ ਥੋੜ੍ਹੇ ਦਿਨਾਂ ਬਾਅਦ ਸਾਡੀ ਜਿਹੜੀ ਫੀਮੇਲ ਸੀ ਬੱਚਿਆਂ ਵਾਲੀ ਉਹ ਮਰ ਗਈ, ਅਤੇ ਇਹਦੇ ਨਾਲ ਵੀ ਇੱਦਾਂ ਹੀ ਹੋਇਆ ਵੀ ਬੱਚੇ ਹਲੇ ਛੋਟੇ ਛੋਟੇ ਆ, ਅਤੇ ਇਹ ਵੀ ਫੀਮੇਲ ਮਰ ਗਈ ਆ। ਅਤੇ ਯਾਰ ਬਹੁਤ ਮਾੜਾ ਹੋਇਆ ਵਾ, ਤੁਸੀਂ ਦੇਖ ਸਕਦੇ ਹੋ ਕਿ ਯਾਰ ਕੁਛ ਵੀ ਨਹੀਂ, ਕੋਈ ਚੱਕਰ ਹੀ ਨਹੀਂ, ਬਿਲਕੁਲ ਠੀਕ ਹੀ, ਸਵੇਰ ਤੱਕ ਸ਼ਾਮ ਤੱਕ ਵੀ ਬਿਲਕੁਲ ਠੀਕ ਹੀ, ਤਾਂ ਹੁਣ ਦੇਖਿਆ ਵਾ ਕੇ ਅਤੇ ਯਾਰ ਐਕਸਪਾਇਰ ਹੋ ਗਈ ਆ। ਯਾਰ ਇਹੋ ਜਿਹੀ ਨਿਊਜ਼ ਜਦੋਂ ਮਿਲਦੀ ਨੇ ਯਾਰ, ਗੁੱਸਾ ਆਉਂਦਾ ਆਪਣੇ ਆਪ 'ਤੇ ਵੀ ਯਾਰ ਮੈਂ ਬਚਾ ਕੇ ਨਹੀਂ ਸਕਿਆ, ਹੈ ਵੀ ਬਿਲਕੁਲ ਕੋਈ ਗੱਲਬਾਤ ਨਹੀਂ, ਇਹਨੂੰ ਬਿਲਕੁਲ ਠੀਕ ਠਾਕ ਹੀ, ਚਲੋ ਜੋ ਰੱਬ ਨੂੰ ਮਨਜ਼ੂਰ ਸੀ। ਬਾਕੀ ਤੁਸੀਂ ਸਾਡੇ ਬਰਡ ਦੇਖ ਸਕਦੇ ਹੋ ਕਿ ਸਾਰੇ ਓਕੇ ਠੀਕ ਠਾਕ ਆ ਜੀ, ਅਤੇ ਬਾਬੇ ਦੀ ਕਿਰਪਾ ਬਿਲਕੁਲ ਠੀਕ ਠਾਕ ਆ। ਸੋ ਜਿਹੜੀਆਂ ਮਟਕੀਆਂ ਲਗਾਉਣੀਆਂ ਸੀ ਉਹ ਆਪਾਂ ਹੁਣ ਲਗਾਵਾਂਗੇ ਜੀ, ਕੱਲ੍ਹ ਐਤਵਾਰ ਆ ਅਤੇ ਕੱਲ੍ਹ ਨੂੰ ਲਗਾਵਾਂਗੇ, ਅਤੇ ਹੋਲ ਵੀ ਕਰਨੇ ਪੈਣੇ, ਉਹ ਵੀ ਹੋਲ ਕਰਨੇ ਆ, ਅਤੇ ਫਿਰ ਆਪਾਂ ਮਟਕੀਆਂ ਲਗਾਉਣੀਆਂ। ਸੋ ਇਹਨਾਂ ਨੂੰ ਖਾਣ ਪੀਣ ਨੂੰ ਦਿੰਦੇ ਹਾਂ, ਨਾਲੇ ਗਿੰਨੀ ਪਿੱਗ ਚੁੱਕੀਏ ਯਾਰ ਇੱਥੋਂ, ਅਤੇ ਇਹਨੂੰ ਦਬਾ ਦਬੋ ਦਈਏ ਕਿਤੇ, ਠੀਕ ਹੈ ਜੀ। ਗਿੰਨੀ ਪਿੱਗ ਦੀ ਗੱਲ ਕਰੀਏ ਤਾਂ ਗਿੰਨੀ ਪਿੱਗ ਬਿਲਕੁਲ ਸਹੀ ਸੀ, ਕੋਈ ਇਹਨੂੰ ਪ੍ਰੋਬਲਮ ਨਹੀਂ ਸੀ। ਅਤੇ ਜਦੋਂ ਆਪਾਂ ਸ਼ਾਮ ਨੂੰ ਦੇਖਦੇ ਯਾਰ, ਪਤਾ ਨਹੀਂ ਯਾਰ ਇਹਨੂੰ ਕੀ ਹੋਇਆ ਵਾ। ਅਤੇ ਚਲੋ
ਬਾਕੀ ਆਪਾਂ ਬਾਹਰ ਆ ਕੇ ਤੁਸੀਂ ਦੇ ਸਕਦੇ ਹੋ ਅਤੇ ਆਪਾਂ ਇਹਨਾਂ ਨੂੰ ਪਾਈਏ ਜਲਦੀ ਜਲਦੀ ਦਾਣੇ ਕਿਉਂਕਿ ਕਬੂਤਰ ਸਾਡੇ ਭੁੱਖੇ ਹੋਣੇ ਅਤੇ ਨਾਲੇ ਪਾਈ ਆਪਣੀਆਂ ਮੁਰਗੀਆਂ ਨੂੰ ਦਾਣੇ ਅਤੇ ਇਹ ਉੱਥੋਂ ਚੁੱਕ ਕੇ ਲਿਆ ਜੀ ਖੀਰਾ ਅਤੇ ਖਾ ਰਹੇ ਆ। ਚਲੋ ਕੋਈ ਨਾ ਆਪਾਂ ਉਹਨਾਂ ਨੂੰ ਕੋਈ ਨਾ ਫਿਰ ਅਲੱਗ ਤੋਂ ਪਾ ਦਾਂਗੇ, ਖਾ ਲਾ ਵੀ ਖਾ ਲਾ ਤੂੰ ਵੀ ਮਿੱਤਰਾ, ਜਿੱਦਾਂ ਕਰਦੇ ਇਹਨਾਂ ਅਸੀਂ ਕਣਕ ਲਿਆ ਕੇ ਇਹਨਾਂ ਨੂੰ ਪਾ ਲਈਏ। ਆ ਜਾਓ ਮਿੱਤਰੋ, ਆ ਜਾਓ, ਆਓ ਵੀ ਆਓ, ਆਓ 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 ਆਓ। ਚਲੋ ਬਾਈ ਜੀ, ਅਤੇ ਇਹਨਾਂ ਨੂੰ ਯਾਰ ਲਾਗੇ ਹੀ ਪਾ ਦਈਏ ਵੀ ਉਸ ਵੇਲੇ ਨਾਲ ਹੀ ਆਏ ਦੀਆਂ ਲਓ, ਅਤੇ ਤੁਸੀਂ ਇੱਧਰ ਆ ਜਾਓ ਵੀ। ਤਾਂ ਲਓ ਜੀ ਕਬੂਤਰਾਂ ਨੂੰ ਦਾਣੇ ਪਾ ਦਿੱਤੇ ਅਤੇ ਇੱਥੇ ਸਾਡੀਆਂ ਮੁਰਗੀਆਂ ਅਤੇ ਬੱਤਖਾਂ ਦੇਖੋ, ਅਤੇ ਤੁਹਾਨੂੰ ਇਹਨਾਂ 'ਚ ਇੱਕ ਕੋਈ ਚੀਜ਼ ਨਗ ਘੱਟ ਨਹੀਂ ਲੱਗਦਾ ਪਿਆ, ਤੁਸੀਂ ਦੇਖੋ ਭਲਾ ਕੋਈ ਚੀਜ਼ ਘੱਟ ਘੱਟ ਲੱਗਦੀ ਹੋਵੇ, ਨਹੀਂ ਪਤਾ ਲੱਗਾ, ਨਹੀਂ ਪਤਾ ਲੱਗਾ ਨਾ ਕਿਸੇ ਨੂੰ। ਅਤੇ ਇਹਨਾਂ ਵਿੱਚੋਂ ਇੱਕ ਬੱਤਖ ਜਿਹੜਾ ਸਾਡਾ ਮੇਲ ਸੀ, ਜਿਹੜਾ ਮਤਲਬ ਕਿ ਮੇਲ ਸੀ ਬੱਤਖ ਮੇਲ, ਉਹ ਸਾਡਾ ਘੱਟ ਵਾ, ਤੁਸੀਂ ਦੇ ਸਕਦੇ ਇਹਨਾਂ 'ਚੋਂ, ਠੀਕ ਹੈ ਜੀ। ਦਰਅਸਲ ਉਹ ਆਪਾਂ ਦੇ ਦਿੱਤਾ ਹੈਗਾ ਵਾ ਮੇਲ, ਸਵੇਰੇ ਕਿਹਾ ਗਿਆ ਵੀ ਉਹਨੂੰ ਚਾਹੀਦਾ ਇੱਕ ਮੇਲ, ਅਤੇ ਆਪਾਂ ਉਹਨਾਂ ਨੂੰ ਮੇਲ ਦੇ ਦਿੱਤਾ, ਠੀਕ ਹੈ ਜੀ। ਅਤੇ ਜੋ ਤੁਹਾਡੇ ਇੱਥੇ ਸਰਪ੍ਰਾਈਜ਼ ਉਹ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਫਿਰ ਆਪਾਂ ਕੀ ਲਿਆ ਉਹਦੇ ਮੰਡੇ ਦਾ, ਠੀਕ ਹੈ ਜੀ। ਅਤੇ ਬਾਕੀ ਤੁਸੀਂ ਦੇ ਸਕਦੇ ਹੋ ਕਿ ਸਾਡੇ ਮੁਰਗਾ ਇਹ ਵੀ ਬਿਲਕੁਲ ਓਕੇ ਹੈ ਅਤੇ ਗੁੱਡ ਵਾ, ਅਤੇ ਜਲਦੀ ਹੀ ਸਾਡਾ ਯਾਰ ਇਹ ਵੀ ਮੁਰਗਾ ਜਿਹੜਾ ਵੱਡਾ ਹੋਣਾ ਵਾ, ਇਹ ਵੀ ਕਾਫੀ ਵਧੀਆ ਵਾ। ਅਤੇ ਬਾਕੀ ਸਾਡੇ ਖਰਗੋਸ਼ ਦੇਖੋ ਤੁਸੀਂ ਯਾਰ, ਮੈਂ ਵਾਕਿਆ ਖਰਗੋਸ਼ ਖੋਲ੍ਹ ਕੇ ਨਾ ਅਤੇ ਮੈਨੂੰ ਬੜੀ ਖੁਸ਼ੀ ਮਿਲਦੀ ਆ, ਖਰਗੋਸ਼ ਬਹੁਤ ਸੋਹਣੇ ਲੱਗਦੇ ਪਏ ਆ। ਆਹ ਤੁਸੀਂ ਦੇਖੋ ਯਾਰ ਕਿੰਨੇ ਸੋਹਣੇ ਲੱਗਦੇ ਆ ਯਾਰ, ਦੇਖੋ ਬੜੇ ਭੋਲੇ ਜਿਹੇ ਆ, ਅਤੇ ਆ ਚੈੱਕ ਕਰੋ ਬੜੇ ਕਿਊਟ ਜਿਹੇ ਲੱਗਦੇ ਨਾ ਸਾਰੇ ਯਾਰ, ਵਾਕਿਆ ਬੜੇ ਸੋਹਣੇ ਆ। ਅਤੇ ਜਦੋਂ ਤਾਂ ਆਪਾਂ ਖੋਲ੍ਹਣ ਡੇ ਪਏ ਨਾ, ਤਾਂ ਵਾਕਿਆ ਇੱਥੇ ਰੌਣਕ ਵੀ ਕਾਫੀ ਹੋ ਜਾਂਦੀ ਆ ਅਤੇ ਸੋਹਣੇ ਵੀ ਬੜੇ ਲੱਗਦੇ ਆ। ਹਾਂ ਬਈ ਲਓ ਜੀ ਕਰੋ ਚੈੱਕ ਕਬੂਤਰ ਸਾਡੇ। ਚਲੋ ਇੱਦਾਂ ਕਰਦੇ ਯਾਰ, ਤੁਹਾਡੇ ਜਿਹੜਾ ਸਰਪ੍ਰਾਈਜ਼ ਰੱਖਿਆ ਵਾ ਉਹ ਵੀ ਆਪਾਂ ਤੁਹਾਨੂੰ ਵਿਖਾ ਹੀ ਦਿੰਦੇ ਹਾਂ, ਇਹ ਕਿਉਂਕਿ ਵਿਖਾਲਣ ਤੋਂ ਬਾਅਦ ਵਿੱਚ ਵੀ ਆ ਤਾਂ ਹੁਣ ਵੀ, ਅਤੇ ਇੱਦਾਂ ਕਰਦੇ ਹਾਂ ਤੁਹਾਨੂੰ ਸਰਪ੍ਰਾਈਜ਼ ਵਿਖਾ ਲਈਏ। ਵਿਖਾ ਲਈਏ ਜੀ, ਅਤੇ ਤੁਸੀਂ ਕਹੋਗੇ ਤਾਂ ਫਿਰ ਵਿਖਾਲਣਾ, ਨਹੀਂ ਵਿਖਾ ਲਈਏ ਅਤੇ ਚਲੋ ਜੀ ਲਓ ਜੀ ਹੁਣੇ ਵਿਖਾ ਲਈਏ ਤੁਹਾਨੂੰ ਦੋ ਮਿੰਟ 'ਚ। ਉੱਥੋਂ ਪਹਿਲਾਂ ਤੁਸੀਂ ਦੇਖੋ ਯਾਰ ਸਾਡਾ ਮੁਰਗਾ, ਅਤੇ ਉਹ ਦੇਖੋ ਜੀ ਕੀ ਚੱਕਰ ਪੈ ਗਿਆ ਵਾ। ਅੱਛਾ ਉਹਨੂੰ ਦਾਣੇ ਨਹੀਂ ਮਿਲੇ ਮੇਰੇ ਹਿਸਾਬ ਨਾਲ, ਉਹਦੇ ਦਾਣਿਆਂ 'ਤੇ ਕਬਜ਼ਾ ਹੋ ਗਿਆ ਵਾ, ਸੋ ਇਸ ਕਰਕੇ ਕਬੂਤਰਾਂ ਨੂੰ ਮਾਰਦਾ ਪਿਆ ਲੱਗਦਾ ਮੈਨੂੰ ਮੁਰਗਾ। ਚੱਲ ਕੋਈ ਨਹੀਂ ਆਪਾਂ ਹੋਰ ਪਾ ਦਿੰਦੇ ਯਾਰ ਤੁਹਾਨੂੰ ਦਾਣੇ, ਟੈਨਸ਼ਨ ਨਾ ਲਓ ਤੁਸੀਂ, ਤੁਸੀਂ ਦਾਣੇ ਤੁਹਾਨੂੰ ਹੋਰ ਪਾ ਦਿੰਦੇ, ਠੀਕ ਆ। ਸੋ ਦੇਖੀਏ ਸਰਪ੍ਰਾਈਜ਼ ਫਿਰ, ਅਤੇ ਚਲੋ ਫਿਰ ਵਿਖਾ ਦਿੰਦੇ ਤੁਹਾਨੂੰ ਸਰਪ੍ਰਾਈਜ਼ ਕੀ ਕਰਦੇ ਪਏ ਆ। ਦੇਖੋ ਇਹਨਾਂ 'ਤੇ ਤੂਫਾਨ ਮਚਾ ਦਿੱਤਾ, ਉਹ ਡੱਬਾ ਸੁੱਟਿਆ, ਸਾਰੇ ਕਬੂਤਰ ਉੱਡ ਗਏ, ਚੱਕਰ ਕੀ ਹੋ ਗਿਆ ਇਹਨਾਂ ਨੂੰ। ਉਹ ਦੇਖੋ ਉੱਧਰੋਂ ਫਿਰ ਆ ਗਏ, ਹਾਂ ਬਚ ਗਿਆ ਬਚ ਗਿਆ ਬਚ ਗਿਆ। ਸੋ ਚਲੋ ਜੀ, ਅਤੇ ਲਓ ਜੀ ਸਰਪ੍ਰਾਈਜ਼ ਹੈਗਾ ਜੀ, ਉਹ ਆ ਲਓ ਜੀ ਸਰਪ੍ਰਾਈਜ਼। ਕਿਉਂ ਜੀ ਕਿੱਦਾਂ ਜੀ, ਠੀਕ ਹੈ ਜੀ। ਅਤੇ ਇਹ ਹੈ ਜੀ ਅਸੀਲ ਮੁਰਗੀ, ਤੁਸੀਂ ਦੇ ਸਕਦੇ ਹੋ, ਆ ਗਈ ਜੀ, ਅਤੇ ਤੁਸੀਂ ਚੈੱਕ ਕਰੋ ਹੁਣ ਜੀ ਕਿੱਦਾਂ ਦੀ ਲੱਗੀ ਤੁਹਾਨੂੰ ਮੁਰਗੀ। ਸੋ ਇਹਦੇ ਬਾਰੇ ਦੱਸੋ ਤੁਹਾਨੂੰ ਨਸਲ ਕਿਹੜੀ ਹੈਗੀ ਹੈ, ਅਤੇ ਬਸ ਵੀ ਬਸ ਇਹਨੂੰ ਰੱਖਣਾ ਪੈਣਾ ਸਾਨੂੰ ਬੰਦ ਕਰਕੇ ਹੁਣ, ਅਤੇ ਚੱਲ ਵੀ ਮਿੱਤਰਾਂ ਤੈਨੂੰ ਉੱਧਰ ਗਈਏ ਬੰਦ। ਅਤੇ ਮੁਰਗੀ ਸਾਡੀ ਉਹ ਤੁਸੀਂ ਦੇਖੋ ਯਾਰ, ਇਹਨੇ ਕਿਤੇ ਥੱਲੇ ਨਾ ਛਾਲ ਮਰਾ ਦੇ ਦੀ ਹੁਣ, ਉਹ ਦੇਖੋ ਯਾਰ ਮੁਰਗੇ ਦੇ ਤੰਗ ਕਰਨਾ, ਉਹ ਦੇਖੋ ਉਹ ਬਸ ਬਈ ਮਿੱਤਰਾ ਬਸ ਬਸ। ਉਹ ਯਾਰ ਮੁਰਗੀ ਦੇਖੋ ਯਾਰ, ਉਹ ਤਾਂ ਮੁਰਗੀ ਨੂੰ ਪਿੱਛੇ ਆ ਬਈ, ਹੁਣ ਤੂੰ ਕਿੱਥੇ ਜਾਣਾ ਯਾਰ, ਤੂੰ ਤਾਂ ਮੁਰਗੀ ਆ ਦੇਖੋ ਮੂੰਹ ਤੋਂ ਦੇਖੋ ਯਾਰ, ਇਹਨੇ ਖੰਭਾਂ ਦੀਆਂ ਹੁੰਦੀਆਂ ਨਾ ਬੋਟੀਆਂ ਹੀ ਕੱਢ ਛੱਡੀਆਂ ਵਾ, ਤੂੰ ਇੱਦਾਂ ਨਹੀਂ ਕਾਕਾ, ਤੈਨੂੰ ਆਪਾਂ ਅੰਦਰ ਹੀ ਕਰਦੇ ਬੰਦ। ਚੱਲ ਬਈ ਇਹਨੂੰ ਹੁਣ ਕਰਦੇ ਆਪਾਂ ਜੀ ਇਹ ਮੁਰਗੀ ਵਾਲੀ ਥਾਂ 'ਤੇ ਬੰਦ, ਅਤੇ ਇਹਨੂੰ ਅਕਲਾਉਣੀ ਫੇਰੀ, ਅਤੇ ਚੱਲ ਬਈ ਇੱਥੇ ਚੱਲ, ਇੱਥੇ ਚੱਲ ਅੰਦਰ, ਤੂੰ ਹੁਣ ਰਹੇਗਾ ਅੰਦਰ, ਟੈਨਸ਼ਨ ਨਾ ਲੈ ਮਿੱਤਰਾ। ਤਾਂ ਲਓ ਜੀ ਹੁਣ ਖੁਸ਼ ਬਈ, ਲਓ ਜੀ ਆਪਾਂ ਨੂੰ ਅੰਦਰ ਹੀ ਬੰਦ ਕਰ ਦਿੱਤਾ, ਉਹ
ਤਾਂ ਮੈਂ ਦੱਸਦਾ ਵੀ ਇੱਟਾਂ 'ਤੇ ਚੜ੍ਹ ਗਈ ਸੀ ਮੁਰਗੀ, ਇੱਟਾਂ ਤੋਂ ਪਾਲੀ ਸਾਈਡ 'ਤੇ ਵੀ ਜਾ ਸਕਦੀ ਸੀ ਅਤੇ ਕੰਮ ਖਰਾਬ ਹੋ ਜਾਣਾ ਸੀ। ਸੋ ਕਬੂਤਰਾ ਵੀ ਫੜ ਕੇ ਆਪਾਂ ਇਸੇ ਕਰਕੇ ਅੰਦਰ ਕਰ ਦਿੱਤਾ ਉਹਨੂੰ ਹੁਣ, ਔਰ ਸਾਰੀ ਮੁਰਗਾ ਆਪਾਂ ਅੰਦਰ ਬੰਦ ਕਰ ਦਿੱਤਾ। ਮੈਨੂੰ ਕੋਈ ਸਮਝ ਨਹੀਂ ਲੱਗ ਰਹੀ ਅਤੇ ਲਓ ਜੀ ਆਪਾਂ ਮੁਰਗਾ ਅੰਦਰ ਬੰਦ ਕਰਤਾ। ਹੁਣ ਤੁਸੀਂ ਦੇਖੋ ਜੀ ਮੁਰਗੀ, ਆਹ ਲਓ ਜੀ। ਸੋ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ ਹੈ ਜੀ ਸਾਡੀ। ਬੜੀ ਸੋਹਣੀ ਜੀ ਮੁਰਗੀ ਹੈ ਯਾਰ, ਰਾਤ ਨੂੰ ਡਰਦੀ ਪਈ ਹੈ ਪੂਰੀ, ਅਤੇ ਤੁਸੀਂ ਦੇਖੋ ਇਹ ਪੂਰੀ ਮੋਰ ਵਰਗੀ ਲੱਗਦੀ ਪਈ ਆ। ਹਾਂਜੀ ਉਹ ਦੇਖੋ ਯਾਰ ਲੜਦੀ ਪਈ ਉਹਦੇ ਨਾਲ, ਹੈ ਨਾ। ਚਲੋ ਯਾਰ ਆਪਾਂ ਦਾਣੇ ਦੂਣੇ ਪਾ ਦਈਏ ਅਤੇ ਨਾਲੇ ਮਰਦੇ ਦੂਜੀਆਂ ਮੁਰਗੀਆਂ ਨਾਲ ਵੀ ਉਹਨਾਂ ਦੀ ਦੋਸਤੀ ਦਾਸਤੀ ਹੋ ਜਾਏਗੀ ਅਤੇ ਚਲੋ ਰਲ ਮਿਲ ਕੇ ਖਾ ਲੈਣਗੇ ਸਾਰੇ। ਲਓ ਬਾਈ ਜੀ ਆਹ ਚੈੱਕ ਕਰੋ ਮੁਰਗੀ, ਅਤੇ ਦਾਣੇ ਚੁਗ ਰਹੀ ਆ। ਸੋ ਮੁਰਗੀਆਂ ਦੀਆਂ ਸਾਡੀਆਂ ਇਧਰਲੀ ਸਾਈਡ 'ਤੇ ਸਾਰੀਆਂ, ਪਰ ਉਹ ਇਕੱਲੀ ਕਬੂਤਰਾਂ ਦੇ ਨਾਲ ਹੀ ਚੁਗ ਰਹੀ ਆ ਅਤੇ ਆਪਾਂ ਦਾਣੇ ਥੋੜ੍ਹੇ ਹੋਰ ਪਾ ਦਿੰਦੇ ਯਾਰ ਇਹਨਾਂ ਨੂੰ। ਆਓ ਬਈ ਆਓ 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 ਆਓ। ਯਾਰ ਮੁਰਗੀ ਵਾਕਿਆ ਬਹੁਤ ਸੋਹਣੀ ਆ, ਅਤੇ ਸਾਡੀ ਜਿਹੜੀ ਪਹਿਲੀ ਮੁਰਗੀ ਆ ਨਾ ਯਾਰ ਉਹਦੇ ਨਾਲੋਂ ਜ਼ਿਆਦਾ ਵਧੀਆ ਲੱਗਦੀ ਪਈ ਮੁਰਗੀ। ਅਤੇ ਜੇ ਕਿਸੇ ਨੂੰ ਪਤਾ ਹੋਏ ਤਾਂ ਯਾਰ ਦੱਸੋ ਯਾਰ ਇਹਦੀ ਨਸਲ ਕਿਹੜੀ ਹੈਗੀ ਮੁਰਗੀ ਦੀ, ਅਤੇ ਤੁਹਾਨੂੰ ਆਪਣੀ ਜਿਹੜੀ ਪਹਿਲੀ ਮੁਰਗੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਉਹ ਹੈਗੀ ਜੀ ਮੁਰਗੀ ਆੜੀ, ਇਹਦੇ ਵਿੱਚ ਅਤੇ ਉਹਦੇ 'ਚ ਕਾਫੀ ਫਰਕ ਆ। ਇਹਦੀ ਪੂਛ ਅਤੇ ਇਹਦੀ ਪੂਛ ਵੇਖੋ ਕਿੰਨਾ ਫਰਕ ਆ। ਇਹਦੀ ਪੂਛ ਪੂਰੀ ਖੁੱਲ੍ਹੀ ਆ, ਜਿੱਦਾਂ ਕਹਿ ਸਕਦੇ ਆਪਾਂ ਮੋਰ ਵਾਂਗ ਹੁੰਦੀ ਨਾ, ਜਿੱਦਾਂ ਮੋਰ ਹੁੰਦੇ ਆ ਯਾਰ, ਇੱਦਾਂ ਦੀ ਪੂਛ ਹੈਗੀ ਆ। ਮੈਨੂੰ ਤਾਂ ਬਹੁਤ ਸੋਹਣੀ ਲੱਗੀ ਯਾਰ, ਅਤੇ ਦੱਸਿਓ ਕਮੈਂਟ ਕਰਕੇ, ਠੀਕ ਹੈ ਜੀ। ਅਸੀਂ ਵੇਟ ਕਰਾਂਗੇ ਯਾਰ ਕਮੈਂਟਾਂ ਦੀ ਜਿਹੜੀ ਤੁਸੀਂ ਕਰੋਗੇ ਵੀ ਇਹ ਮੁਰਗੀ ਦੀ ਨਸਲ ਕਿਹੜੀ ਆ। ਇਹਦੀ ਬਾਕੀ ਕਹਿ ਸਕਦੇ ਕਲਰ ਵੀ ਬਹੁਤ ਸੋਹਣਾ ਵਾ, ਅਤੇ ਬਾਕੀ ਇਹਦੀ ਪੂਛ ਜਾ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਆ, ਅਤੇ ਉਮੀਦ ਕਰਦੇ ਕਿ ਤੁਹਾਨੂੰ ਵੀ ਯਾਰ ਵਧੀਆ ਲੱਗੀ ਹੋਏਗੀ। ਅਤੇ ਹੁਣ ਇੱਕ ਹੋਰ ਹੈਗਾ ਸਰਪ੍ਰਾਈਜ਼, ਅਤੇ ਉਹ ਵੀ ਤੁਹਾਨੂੰ ਵਿਖਾਲਦੇ ਹਾਂ ਜੀ। ਸਰਪ੍ਰਾਈਜ਼ ਹੈ ਜੀ ਸਾਡੇ ਮੁਰਗੀਆਂ ਦੇ ਖੁੱਡੇ ਵਿੱਚ 5 ਆਂਡੇ। ਯਾਰ ਮੈਂ ਹੈਰਾਨ ਹਾਂ ਵੀ 5 ਆਂਡੇ ਕਿੱਥੋਂ ਆ ਗਏ ਯਾਰ। ਇੱਕ ਦੋ ਆਂਡੇ ਹੁੰਦੇ ਸੀ ਮੈਂ ਵੇਖਦਾ ਵਾਂ, ਅਤੇ ਅੱਜ ਘੱਟੋ ਘੱਟ ਸਾਰੇ ਮੈਂ ਵੇਖ ਰਿਹਾ ਵੀ 5 ਆਂਡੇ ਆ, ਅਤੇ ਮੈਂ ਕਿਹਾ ਚਲੋ ਤੁਹਾਨੂੰ ਬਾਅਦ 'ਚ ਵਿਖਾਲਦਾ ਵਾਂ। ਅਤੇ ਆਹ ਵੇਖੋ ਤੁਹਾਨੂੰ ਵਿਖਾਲਦੇ ਹਾਂ, ਅਤੇ ਆਹ ਚੈੱਕ ਕਰੋ ਜੀ। ਅਤੇ 4 ਆਂਡੇ ਹੁਣ ਤੁਸੀਂ ਦੇ ਸਕਦੇ ਹੋ, 5 ਆਂਡੇ ਆ। ਅਤੇ ਇਹਦੇ 'ਚ ਇੱਕ ਹੋਰ ਗੁੱਡ ਨਿਊਜ਼ ਜਿਹੜੀ ਇਹ ਆ ਕਿ ਯਾਰ ਸਾਰੇ ਆਂਡੇ ਬਿਲਕੁਲ ਠੀਕ ਠਾਕ ਆ, ਕਿਸੇ ਮੁਰਗੀ ਨੇ ਨਹੀਂ ਖਾਧੇ ਹੈਗੇ ਯਾਰ। ਇਹ ਸਭ ਤੋਂ ਵੱਡੀ ਹੈਰਾਨਗੀ ਆ, ਪਤਾ ਨਹੀਂ ਕੀ ਚੱਕਰ ਯਾਰ। ਅਤੇ ਯਾਰ ਪਹਿਲਾਂ ਇੱਕ ਵੀ ਆਂਡਾ ਹੁੰਦਾ ਤਾਂ ਮੁਰਗੀ ਛੱਡਦੀ ਨਹੀਂ ਕੋਈ ਵੀ, ਚੱਕ ਕੇ ਖਾ ਲੈਂਦੀਆਂ ਸੀ। ਅਤੇ ਹੁਣ 5 ਆਂਡੇ ਆ, ਅਤੇ ਆਹ ਤੁਸੀਂ ਦੇ ਸਕਦੇ ਹੋ, ਅਤੇ ਆਪਾਂ ਚੱਕ ਲੈਂਦੇ ਯਾਰ ਇਹਨਾਂ ਨੂੰ ਚੱਕ ਕੇ, ਅਤੇ ਇਹਨਾਂ ਨੂੰ ਇੱਥੇ ਰੱਖ ਦਿੰਦੇ ਫਿਲਹਾਲ, ਅਤੇ ਬਾਅਦ ਵਿੱਚ ਚੱਕ ਲਾਂਗੇ ਇਹਨਾਂ ਨੂੰ। ਅਤੇ ਇਹਦੇ ਵਿੱਚ ਯਾਰ ਸਾਨੂੰ ਨਾ ਕੋਈ ਆਂਡਿਆਂ ਵਾਸਤੇ ਵੱਖਰਾ ਰੱਖਣਾ ਪੈਣਾ, ਭੜੋਲਾ ਜਿਹਾ ਬਣਾਉਣਾ ਪੈਣਾ ਜਿਹਦੇ ਵਿੱਚ ਸਾਡੀਆਂ ਮੁਰਗੀਆਂ ਜਿਹੜੀਆਂ ਨਾ ਆਂਡੇ ਦੇਣ, ਅਤੇ ਆਂਡੇ ਲਿਬੜਨ ਨਾ, ਇੱਦਾਂ ਥੱਲਿਓ ਆਂਡੇ ਲਿਬੜ ਜਾਂਦੇ ਆ, ਅਤੇ ਸਹੀ ਜਿਹਾ ਨਹੀਂ ਲੱਗਦਾ ਹੈਗਾ, ਠੀਕ ਹੈ ਜੀ। ਅਤੇ ਆਹ ਚੈੱਕ ਕਰੋ ਜੀ ਸਾਡੀ ਹੁਣ ਮੁਰਗੀ। ਸੋ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ ਹੈ ਜੀ, ਠੀਕ ਹੈ ਜੀ। ਇੱਥੇ ਯਾਰ ਇਹਨਾਂ ਵਾਸਤੇ ਲਿਆਂਦੇ ਅੱਜ ਖੀਰੇ। ਚਲੋ ਮਿੱਤਰੋ ਖਾਓ ਬਈ ਖੀਰੇ, ਅਤੇ ਜੀਓ ਆਪਣੀ ਜ਼ਿੰਦਗੀ, ਠੀਕ ਹੈ ਜੀ। ਅਤੇ ਬਸ ਯਾਰ ਇੱਥੇ ਸਾਡੇ ਕੋਲ ਰਹਿ ਗਏ ਜੀ ਹੁਣ ਮੇਲ ਫੀਮੇਲ ਰਹਿ ਗਿਆ ਇੱਕ, ਅਤੇ ਨਾਲ ਬੱਚੇ ਆ ਉਹਨਾਂ ਦੇ, ਅਤੇ ਚਲੋ ਬਿਲਕੁਲ ਠੀਕ ਠਾਕ ਆ। ਸੋ ਬਾਬਾ ਕਿਰਪਾ ਕਰਕੇ ਬਿਲਕੁਲ ਠੀਕ ਠਾਕ ਰਹਿਣ ਸਾਰੇ। ਸੋ ਚੱਲਦੇ ਜੀ ਬਾਹਰ, ਕਿਉਂਕਿ ਬਾਹਰ ਕੋਈ ਗੜਬੜ ਹੋਈ ਲੱਗਦੀ ਮੈਨੂੰ। ਇਹ ਵਾਲੀ ਮੁਰਗੀ ਨੇ ਸਾਰੇ ਮੁਰਗਿਆਂ ਨੂੰ ਇੱਕ ਸਾਈਡ 'ਤੇ ਲਾ ਦਿੱਤਾ, ਇਹ ਸਾਰਿਆਂ ਨਾਲ ਲੜਦੀ ਵੀ ਹੈਗੀ ਜੇ ਮੈਂ ਤੁਹਾਨੂੰ ਦਿਖਾ ਦਿੰਦਾ ਵਾਂ। ਸੋ ਮੁਰਗੀਆਂ ਸਾਡੀਆਂ ਸਾਰੀਆਂ ਇੱਕ ਸਾਈਡ 'ਤੇ ਆ, ਅਤੇ ਕੋਸ਼ਿਸ਼ ਕਰਦੇ ਹਾਂ ਆਪਾਂ ਇੱਧਰ ਹੀ ਸਾਈਡ 'ਤੇ ਲਿਆਉਣ ਦੀ ਇਹਨਾਂ ਨੂੰ। ਆਹ ਮੁਰਗੀਆਂ ਦੇਖੋ ਤੁਸੀਂ ਸਾਡੀਆਂ ਸਾਈਡ 'ਤੇ ਹੀ ਆ ਯਾਰ, ਉਹ ਮੁਰਗੀ ਇਕੱਲੀ ਕਬੂਤਰਾਂ ਦੇ ਨਾਲ ਹੀ ਰਹਿ ਰਹੀ ਆ, ਇਹ ਵੀ ਕੋਈ ਚੱਕਰ ਹੈਗਾ। ਦੇਖੋ ਇਹਨਾਂ ਦੇ ਲਾਗੇ ਆਉਣ ਦਾ ਉਹਨਾਂ ਦਾ ਕੋਈ ਲੱਗਦਾ ਮੈਨੂੰ ਧਿਆਨ ਨਹੀਂ ਆ। ਸੋ ਇੱਕ ਵਾਰੀ ਕਰਕੇ ਦੇਖੀ ਉਹਨਾਂ ਵਾਲੀ ਸਾਈਡ 'ਤੇ, ਚੱਲ ਵੀ ਉਧਰਲੀ ਸਾਈਡ 'ਤੇ, ਉਹ ਵੀ ਆਪਣੇ ਹੀ ਆ ਸਾਰੇ, ਉਹਨਾਂ ਨੂੰ ਮਿਲ ਤਾਂ ਲਾਇਆ ਇੱਕ ਵਾਰੀ, ਉਹ ਆਪਣੇ ਹੀ ਨੇ ਸਾਰੇ, ਨਹੀਂ ਵੀ ਜਾਣ। ਓਏ 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 ਬਸ ਬਸ, ਉਹ ਦੇਖੋ ਯਾਰ
ਠੀਕ ਆ ਜੀ। ਉਹ ਮੁਰਗੀ ਨਵੀਂ ਦਾ ਕਰਕੇ ਨਾ ਸਾਰੇ ਉਹਨੂੰ ਮਾਰ ਵੀ ਰਹੇ ਆ, ਇਹ ਵੀ ਗੱਲ ਹੈਗੀ ਆ। ਅਤੇ ਕੋਈ ਨਾ, ਆਪਾਂ ਯਾਰ ਇਹਨੂੰ ਮੁਰਗੀ ਨੂੰ ਰੱਖਦੇ ਹਾਂ ਇਹ ਮੁਰਗੀ ਦੇ ਨਾਲ, ਜਿਹੜੀ ਇਹਦੇ ਨਾਲ ਇਹਨਾਂ ਦੀ ਸੁਲਾਹ ਹੋ ਜਾਵੇ, ਮਰਨ ਨਾਲ ਲੜਨ ਨਾਲ, ਠੀਕ ਹੈ ਜੀ। ਅਤੇ ਇਹਨਾਂ ਦੀ ਦੋਸਤੀ ਹੋ ਜਾਏਗੀ ਅਤੇ ਫਿਰ ਆਪਾਂ ਨਾ ਕੋਈ ਚੱਕਰ ਨਹੀਂ ਹੈਗਾ, ਸਾਰੇ ਇਕੱਠੇ ਰਹਿਣਗੇ। ਚਲੋ ਬਾਈ ਜੀ, ਇੱਥੇ ਖਰਗੋਸ਼ ਵੀ ਸਾਡੇ ਦੇਖੋ ਤੁਸੀਂ ਕਿਵੇਂ ਘੁੰਮ ਫਿਰ ਰਹੇ ਆ, ਅਤੇ ਸਾਡੇ ਡੱਬਿਆਂ ਦੇ ਵਿੱਚ ਫੁੱਲਾਂ ਫੁਲਾਈ ਇਹਨਾਂ ਨੇ ਲਾਈ ਹੈ ਪੂਰੀ ਕਿ ਕੋਈ ਇਹਨਾਂ ਨੂੰ ਕੋਈ ਚੀਜ਼ ਖਾਣ ਨੂੰ ਮਿਲ ਜੇ। ਅਤੇ ਉਹ ਗਏ ਜੀ ਸਾਰੇ ਭੱਜ ਗਏ ਆ, ਅਤੇ ਬਾਕੀ ਇਹਨਾਂ ਨੇ ਸਾਰਿਆਂ ਦਾਣੇ ਪਾਣੀ ਲੱਗਦਾ ਖਾ ਲਿਆ ਵਾ, ਕਬੂਤਰ ਅੰਦਰ ਜਾਣ ਨੂੰ ਫਿਰਦੇ ਪਏ ਆ। ਅਤੇ ਮੁਰਗੀ ਸਾਡੀ ਨਵੀਂ ਕਿੱਥੇ ਚੱਲ ਗਈ ਯਾਰ, ਸਾਡੀ ਮੁਰਗੀ ਆਹ ਦੇਖੋ ਸਾਰੇ ਚੇਤਨ ਨਹੀਂ ਆ ਰਹੇ ਯਾਰ। ਆਹ ਦੇਖੋ ਮੁਰਗੀ ਸਾਹਮਣੇ ਸਾਡੀ ਘੁੰਮਦੀ ਪਈ ਆ, ਇਹ ਮੁਰਗੀ ਘੱਟ ਤਾਂ ਸਾਨੂੰ ਮੋਰਨੀ ਜ਼ਿਆਦਾ ਲੱਗਦੀ ਪਈ ਆ। ਅਤੇ ਚਲੋ ਵਧੀਆ ਲੱਗਦੀ ਪਈ ਆ, ਇਹ ਤਾਂ ਸਾਡਾ ਮੁਰਗਾ ਜਿਹੜਾ ਵਾ ਇਕੱਲਾ ਤੁਸੀਂ ਦੇਖ ਸਕਦੇ ਅੰਦਰ। ਅਤੇ ਹੁਣ ਤਰਲੇ ਲਿਆ ਵੀ ਮੈਨੂੰ ਬਾਹਰ ਕੱਢੋ, ਕੋਈ ਨਾ ਇਹਨੂੰ ਵੀ ਕੱਢ ਦਿੰਦੇ ਬਾਹਰ। ਕਿ ਯਾਰ ਸਾਡੀ ਸੈਟਅਪ ਦੀ ਹੋਣ ਵਾਲੀ ਜੀ ਕਾਫੀ ਸਫਾਈ, ਤੁਸੀਂ ਦੇਖ ਸਕਦੇ ਕਿ ਪੂਰਾ ਉੱਪਰ ਛੱਤ ਦੇ ਖਿਲਾਰਾ ਵਾ। ਸੋ ਇਹ ਸਾਡਾ ਹੁਣ ਕਰਾਂਗੇ ਜੀ ਕੱਲ੍ਹ, ਕਿਉਂਕਿ ਕੱਲ੍ਹ ਆ ਜੀ ਸੰਡੇ, ਅਤੇ ਕੱਲ੍ਹ ਆਪਾਂ ਸਵੇਰ ਤੋਂ ਕਰਾਂਗੇ ਅਤੇ ਸ਼ਾਮ ਤੱਕ ਸਾਰਾ ਸਫਾਈ ਸਫੂਈ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੇ, ਠੀਕ ਹੈ ਜੀ। ਅਤੇ ਕੱਲ੍ਹ ਨੂੰ ਹੋ ਸਕੇ ਤਾਂ ਆਪਾਂ ਤੁਹਾਨੂੰ ਕਬੂਤਰ ਵੀ ਦਿਖਾਵਾਂਗੇ ਸਾਰੇ ਉੱਡਦੇ, ਠੀਕ ਹੈ ਜੀ। ਕਬੂਤਰ ਤੁਹਾਨੂੰ ਅੱਜ ਵੀ ਵਿਖਾ ਸਕਦੇ ਹਾਂ ਉੱਡਦੇ, ਆ ਕਰੋ ਚੈੱਕ, ਕਬੂਤਰ ਸਾਡੇ ਦੋ ਉੱਡਦੇ ਪਏ ਆ। ਸੋ ਕਬੂਤਰਾਂ ਦਾ ਜੋੜਾ ਹੀ ਉੱਡਦਾ ਪਿਆ ਵਾ, ਠੀਕ ਹੈ ਜੀ। ਸੋ ਉਮੀਦ ਕਰ ਤੁਹਾਨੂੰ ਵਧੀਆ ਲੱਗਿਆ ਹੋਏਗਾ ਵੀ। ਅਤੇ ਚਲੋ ਇਹ ਉੱਡਦੇ ਪਏ ਆ ਤਾਂ ਵਧੀਆ, ਇਹ ਮੇਰੇ ਨਾ ਇਹ ਸਾਡਾ ਕਾਲ ਸਿਰਾ ਅਤੇ ਲਾਲ ਸਿਰਾ ਜਿਹੜੀ ਕਬੂਤਰੀ ਮਤਲਬ ਜੋੜੀ ਉਹ ਉੱਡਦੀ ਪਈ ਆ। ਅਤੇ ਚਲੋ ਕੋਈ ਨਾ ਆ ਜਾਣਗੇ ਤਾਂ ਫਿਰ ਆਪਾਂ ਕੋਈ ਨਹੀਂ ਇਹਨਾਂ ਨੂੰ ਵੀ ਬੰਦ ਨਾਲ ਇਹਨਾਂ ਦੇ ਕਰ ਦਾਂਗੇ। ਜਿਹੜੇ ਹਿਸਾਬ ਨਾਲ ਯਾਰ ਸਾਡੇ ਤੋਂ ਡਰਦੀ ਪਈ ਆ, ਮੈਨੂੰ ਲੱਗਦਾ ਕਿ ਇਹਨੂੰ ਕਬੂਤਰਾਂ ਦੇ ਖੁੱਡੇ ਦੇ ਵਿੱਚ ਵਾੜ ਕੇ ਸਾਨੂੰ ਫੜਨਾ ਪੈਣਾ ਵਾ। ਅਤੇ ਬਾਕੀ ਚਲੋ ਬਾਕੀ ਰੱਬ ਰੱਖਾ। ਅਤੇ ਚਲੋ ਜੀ ਆਪਾਂ ਇੱਦਾਂ ਕਰਦੇ ਹਾਂ, ਇਹਨਾਂ ਨੂੰ ਜਦੋਂ ਵਾੜਨਾ ਵਾ ਉਦੋਂ ਤੋਂ ਵਾੜਨੇ ਹਾਂ। ਸੋ ਇੱਦਾਂ ਕਰਦੇ ਹਾਂ ਆਪਾਂ ਜਲਦੀ ਜਲਦੀ ਕਮੈਂਟ ਪੜ੍ਹ ਲਈ ਯਾਰ, ਕਮੈਂਟ ਜਿੰਨੇ ਆਏ ਨਾ ਸਾਰੇ ਕਮੈਂਟ ਪੜ੍ਹਦੇ ਹਾਂ ਅਤੇ ਵੇਖਦੇ ਹਾਂ ਸਾਡੇ ਦੋਸਤਾਂ ਮਿੱਤਰਾਂ ਨੇ ਕਿਹੜੀ ਕਿਹੜੀ ਗੱਲ ਕਹੀ ਆ। ਅੱਜ ਦਾ ਪਹਿਲਾ ਕਮੈਂਟ ਕੀਤਾ ਉਹ ਕੀਤਾ ਸਾਡੇ ਨਵਜੋਤ ਕੌਰ ਜੀ ਨੇ, ਸੋ ਕਹਿ ਰਹੇ ਨਾਈਸ ਵੀਡੀਓ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਸੋ ਅਗਲਾ ਕਮੈਂਟ ਕੀਤਾ ਸਾਡੇ ਸਿਮਰਨ ਸਿੰਮੀ ਨੇ, ਅਤੇ ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਅਗਲਾ ਕਮੈਂਟ ਕੀਤਾ ਸਾਡੇ ਹਰਪ੍ਰੀਤ ਸਿੰਘ ਲੱਕੀ ਮੇਰੇ ਨਾਲ ਲੁਧਿਆਣੇ ਤੋਂ ਆ, ਸੋ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਹੋਰ ਕਿਵੇਂ ਹੋ, ਠੀਕ ਠਾਕ ਹੋ। ਸਾਡੇ ਰਣਜੀਤ ਸਿੰਘ ਜੀ ਕਹਿ ਰਹੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ, ਠੀਕ ਠਾਕ ਹੋ। ਸੋ ਵਧੀਆ ਚੱਲਦਾ ਪਿਆ ਜੀ, ਸੋ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਥੈਂਕ ਯੂ ਜੀ। ਅਗਲਾ ਕਮੈਂਟ ਕੀਤਾ ਸਾਡੇ ਮਨਪ੍ਰੀਤ ਢਿੱਲੋਂ, ਸੋ ਕਹਿ ਰਹੇ ਨਾਈਸ ਵੀਡੀਓ, ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਧੰਨਵਾਦ ਜੀ, ਥੈਂਕ ਯੂ ਜੀ। ਅਤੇ ਮਨਪ੍ਰੀਤ ਜੀ ਨੇ ਇੱਕ ਹੋਰ ਕਮੈਂਟ ਕੀਤਾ ਕਿ ਮਨਪ੍ਰੀਤ ਜੀ ਕਹਿ ਰਹੇ ਕਿ ਕਬੂਤਰ ਕਿੰਨੇ ਦਿਨਾਂ ਵਿੱਚੋਂ ਮਕੀ ਬੱਚੇ ਮਕੀ ਆਂਡਿਆਂ 'ਚੋਂ ਕੱਢ ਦਿੰਦੇ ਆ। ਸੋ ਜਿਹੜੇ ਮੈਨੂੰ ਵੀ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ ਇੰਨੀ, ਅਤੇ ਕੋਈ ਨਹੀਂ ਆਪਾਂ ਸਾਰੇ ਸਬਸਕ੍ਰਾਈਬਰ ਕੋਲ ਪੁੱਛਦੇ ਹਾਂ, ਦੱਸਣਗੇ ਸਾਨੂੰ ਜ਼ਰੂਰ ਜੀ, ਦੱਸਿਓ ਜੀ ਵੀ ਕਿੰਨੇ ਦਿਨਾਂ ਵਿੱਚ ਜਿਹੜੇ ਕਬੂਤਰ ਹੁੰਦੇ ਆ ਆਂਡਿਆਂ 'ਚੋਂ ਬੱਚੇ ਕਿੰਨੇ ਦਿਨਾਂ ਵਿੱਚ ਕੱਢ ਦਿੰਦੇ ਆ। ਮੇਰੇ ਹਿਸਾਬ ਨਾਲ 18 ਤੋਂ 20-21 ਦਿਨਾਂ ਵਿੱਚ ਮੇਰੇ ਹਿਸਾਬ ਨਾਲ ਕੱਢਦੇ ਆ, ਕਿਉਂਕਿ ਇੰਨੇ ਕਿਤੇ ਚਲੋ ਹੈਗਾ 20-21 ਦਿਨ ਲੱਗ ਜਾਂਦੇ, ਸ਼ਾਇਦ ਹੋ ਸਕਦਾ ਘੱਟ ਵੀ ਲੱਗਦੇ ਹੁਣ, ਅਤੇ ਸਾਡੇ ਸਬਸਕ੍ਰਾਈਬਰ ਸਾਨੂੰ ਜ਼ਰੂਰ ਦੱਸਣਗੇ, ਠੀਕ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਥੈਂਕ ਯੂ ਜੀ। ਅਤੇ ਸਾਡੇ ਰਜਿੰਦਰ ਸਿੰਘ ਜੀ, ਸੋ ਇਹ ਕਹਿ ਰਹੇ ਕਿ ਜਿਹੜਾ ਮਟਕਿਆਂ 'ਚ ਪਾਣੀ ਪਿਆ, ਕਹਿੰਦੇ ਪਤਾ ਨਹੀਂ ਕਦੋਂ ਦਾ ਪਾਣੀ ਪਿਆ ਹੋਏਗਾ। ਅਤੇ ਵੀਰੇ ਕਦੋਂ ਦਾ ਨਹੀਂ ਪਾਣੀ ਪਿਆ, ਜਿਸ ਦਿਨ ਬਾਰਿਸ਼ ਆਈ ਆ ਉਸ ਦਿਨ ਹੀ ਪਾਣੀ ਪਿਆ ਵਾ, ਕਿਉਂਕਿ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾ ਦਿੰਦੇ ਵੀ ਆਂਡੇ ਵਿੱਚ ਹੈਗੇ ਆ, ਤੁਸੀਂ ਵੀ ਦੇਖੇ ਆ, ਅਤੇ ਹੋਰ ਕੋਈ ਜ਼ਰੀਆ ਥੋੜ੍ਹੀ ਪਾਣੀ ਪੈਣ ਦਾ। ਸੋ ਬਾਰਿਸ਼ ਆਈ ਆ ਤਾਂ ਬਾਰਿਸ਼ ਦੇ ਨਾਲ ਹੀ ਪਾਣੀ ਆਇਆ ਵਾ, ਅਤੇ ਆਂਡੇ ਤਾਂ ਬਿਲਕੁਲ ਖਰਾਬ ਹੋ ਗਏ ਹੋਣੇ, ਅਤੇ ਪੱਕਾ ਵੀ ਆਂਡੇ ਖਰਾਬ ਹੋ ਗਏ ਹੋਣੇ ਆ। ਸੋ ਬਾਹਰੋਂ ਪਾਣੀ ਕਿਤੇ ਉੱਦਾਂ ਨਹੀਂ ਆਇਆ, ਬਾਰਿਸ਼ ਦਾ ਹੀ ਪਾਣੀ ਪਿਆ ਵਾ, ਤਾਂ ਉਹ ਜਿਸ ਦਿਨ ਬਾਰਿਸ਼ ਪਈ ਉਸ ਦਿਨ ਹੀ ਪਾਣੀ ਪਿਆ ਵਾ, ਠੀਕ ਹੈ ਵੀਰ ਜੀ। ਅੱਜ ਦਾ ਜੋ ਲਾਸਟ ਕਮੈਂਟ ਆ ਉਹ ਹੈ ਜੀ ਰਣਜੀਤ ਸਿੰਘ ਦਾ, ਉਹ ਕਹਿ ਰਹੇ ਨਾਈਸ ਵੀਡੀਓ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਹੋਰ ਕਿਵੇਂ ਹੋ, ਠੀਕ ਠਾਕ ਹੋ। ਸੋ ਸਾਰੇ ਸਬਸਕ੍ਰਾਈਬਰਾਂ ਦਾ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਅਤੇ ਆਹ ਵਾਲੀ ਵੀਡੀਓ ਲੱਗਦਾ ਮੈਨੂੰ ਜਿਹੜੀ ਤੁਸੀਂ ਜੇ 'ਤੇ ਕਮੈਂਟ ਕੀਤੇ, ਮੈਨੂੰ ਲੱਗਦਾ ਕਮੈਂਟ ਤੁਹਾਨੂੰ ਇਹ ਵੀਡੀਓ ਵਧੀਆ ਨਹੀਂ ਲੱਗੀ ਇੰਨੀ, ਕਿਉਂਕਿ ਕਮੈਂਟ ਵੀ ਘੱਟ ਵਾ, ਵਿਊ ਵੀ ਘੱਟ ਵਾ।
ਸੋ ਲਾਈਕ ਵੀ ਘੱਟ ਵਾ। ਚਲੋ ਜਿਵੇਂ ਦੀ ਕਿਸੇ ਨੂੰ ਲੱਗੀ ਆ, ਜੇ ਘੜ ਵਧੀਆ ਨਹੀਂ ਲੱਗੀ ਤਾਂ ਵੀ ਕੋਈ ਨਹੀਂ, ਦੱਸਦਾ ਕਰੋ ਯਾਰ ਵੀਡੀਓ ਸਹੀ ਨਹੀਂ ਆ, ਅਤੇ ਆਪਾਂ ਕੋਸ਼ਿਸ਼ ਕਰਿਆ ਕਰੀਏ ਵੀ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ। ਠੀਕ ਆ ਜੀ, ਸੋ ਸਾਰੇ ਆਪਾਂ ਆਪਣੇ ਵਰਡ ਤੁਸੀਂ ਦੇਖ ਲਿਆ ਵੀ ਅੰਦਰੋਂ ਅੰਦਰ ਹੀ ਚੱਲ ਗਏ ਤਕਰੀਬਨ, ਅਤੇ ਇੱਧਰ ਸਾਡੇ ਕਬੂਤਰ ਜਾਣ ਵਾਲੇ ਆ। ਠੀਕ ਆ ਜੀ, ਬਾਕੀ ਬਦਕਾਂ ਬੁਦਕਾਂ ਸਾਡੇ ਰੈਬਿਟ ਵੀ ਬਾਹਰ ਹੀ ਆ, ਅਤੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕਰਾਂਗੇ ਜੀ ਬੰਦ। ਸੋ ਇਧਰਲੀ ਸਾਈਡ 'ਤੇ ਤੁਸੀਂ ਦੇਖਿਆ ਸਾਡੇ ਬਜੀ ਜੋ ਵੀ ਜਾਵਾ ਫਿੰਚ ਸਾਰੇ ਖਾ ਪੀ ਰਹੇ ਨੇ, ਅਤੇ ਸਾਡਾ ਯਾਰ ਗਿੰਨੀ ਪਿਗ ਮਰਿਆ ਯਾਰ, ਉਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਬੱਚੇ ਛੋਟੇ ਛੋਟੇ ਆ, ਅਤੇ ਹੁਣ ਸੱਚਾ ਪਾਤਸ਼ਾਹ ਹੀ ਆ ਪਾਲਣ ਵਾਲਾ, ਅਤੇ ਆਪੇ ਨੰਕਾਰ ਨੇ ਪਾ ਲੈਣੇ, ਵੈਸੇ ਤਾਂ ਖਾਂਦੀ ਆ ਸਾਰਾ ਕੁਝ। ਸੋ ਕੀੜੇ ਖੁਰੇ ਪਾਏ ਉਹ ਖਾ ਰਹੇ ਹੁਣ ਵੀ, ਅਤੇ ਚਲੋ ਮਾਲਕ ਦੀ ਕਿਰਪਾ ਨਾਲ ਉਹ ਪਲ ਜਾਣ ਤਾਂ ਬਹੁਤ ਵਧੀਆ ਵਾ। ਸੋ ਬਾਕੀ ਇਹ ਸੀ ਜੀ ਅੱਜ ਦੀ ਸਾਡੀ ਵੀਡੀਓ। ਸੋ ਉਮੀਦ ਕਰਦੇ ਕਿ ਤੁਹਾਨੂੰ ਵਧੀਆ ਲੱਗੀ ਹੋਏਗੀ, ਵਧੀਆ ਲੱਗੀ ਤਾਂ ਯਾਰ ਲਾਈਕ ਕਰ ਦਿਓ ਚੈਨਲ 'ਤੇ, ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਕਰੋ ਸ਼ੇਅਰ। ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਤੇ, ਓਕੇ ਜੀ ਬਾਏ।